ਸਟੂਡੈਂਟਸ, ਪਹਿਲਾਂ ਆਪਾਂ ਕੀਤਾ ਸੀ ਲੋ ਹੋਬਸ ਲੋਕ, ਦੈਨ ਹੁਣ ਆਪਾਂ ਕਰਾਂਗੇ ਰੂਸੋ। ਦੈਨ ਬੇਟਾ ਹੁਣ ਦੇਖੋ ਰੂਸੋ ਦੇ ਅਕੋਰਡਿੰਗਲੀ, ਸਭ ਤੋਂ ਪਹਿਲਾਂ ਜਿਵੇਂ ਤੁਸੀਂ ਹੋਬਸ ਵਾਲੇ 'ਚ ਕੀਤਾ ਸੀਗਾ ਨਾ ਕਿ ਹੋਬਸ ਦੇ ਅਕੋਰਡਿੰਗਲੀ ਮਨੁੱਖ ਦਾ ਵਿਵਹਾਰ ਕਿਹੋ ਜਿਹਾ ਆ, ਲੋਕ ਦੇ ਅਕੋਰਡਿੰਗਲੀ ਮਨੁੱਖ ਦਾ ਵਿਵਹਾਰ ਕਿਹੋ ਜਿਹਾ, ਹੁਣ ਆਪਾਂ ਲਿਖਾਂਗੇ ਕਿ ਰੂਸੋ ਦੇ ਅਕੋਰਡਿੰਗਲੀ ਹਿਊਮਨ ਨੇਚਰ ਕਿਹੋ ਜਿਹਾ ਹੈ। ਠੀਕ ਹੈ, ਇਹਦੇ ਵਿੱਚ ਹੈ ਕਿ ਰੂਸੋ ਵੀ ਮੰਨਦਾ ਹੈ ਕਿ ਰਾਜ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵਿਅਕਤੀ ਪ੍ਰਕਿਰਤਿਕ ਦੇ ਰਾਜ ਦੇ ਵਿੱਚ ਰਹਿੰਦਾ ਸੀ, ਮਤਲਬ ਉਹ ਅੱਛਾ ਜੀਵਨ ਬਤੀਤ ਕਰਦਾ ਸੀ, ਗੁੱਡ ਸੀ, ਹੀ ਵਾਜ਼ ਹੈਪੀ ਐਂਡ ਹੀ ਡੋਂਟ ਵਾਂਟ ਟੂ, ਮਤਲਬ ਉਹਦੇ ਵਿੱਚ ਇੱਦਾਂ ਸੀਗਾ, ਨੋਬਲ ਕਾਇੰਡ ਪਰਸਨ ਸੀ, ਨੋਬਲ ਪਰਸਨ ਸੀਗਾ, ਹੈ ਨਾ, ਉਹਦੇ ਵਿੱਚ ਉਹਦੇ ਮਨ ਦੇ ਵਿੱਚ ਕਿਸੇ ਦੇ ਲਈ ਵੀ ਕੋਈ ਵੈਰ ਨਹੀਂ ਸੀਗਾ, ਮਤਲਬ ਵਧੀਆ ਇਨਸਾਨ ਸੀ, ਹੈ ਨਾ, ਔਰ ਆਪਣੀ ਪੂਰੀ ਤਰ੍ਹਾਂ ਵਿਵੇਕੀ ਸ਼ਕਤੀ ਦਾ ਪ੍ਰਯੋਗ ਕਰਨ ਵਾਲਾ ਸੀ, ਹੈ ਨਾ। ਇਟ ਮੀਨਸ ਅਕੋਰਡਿੰਗ ਟੂ ਲੋਕ ਜਿਹੜਾ ਹੈਗਾ ਔਰ ਰੂਸੋ ਜਿਹੜੇ ਹੈਗੇ, ਇਹ ਦੋਨੋਂ ਹੀ ਮੰਨਦੇ ਨੇ ਕਿ ਹਿਊਮਨ ਬਿਹੇਵੀਅਰ ਵਾਜ਼ ਗੁੱਡ ਇਨ ਦ ਸਟੇਟ ਆਫ ਨੇਚਰ, ਹੈ ਨਾ। ਉਸ ਤੋਂ ਬਾਅਦ ਆਪਾਂ ਲਿਖਾਂਗੇ ਕਿ ਲੋਕ ਦੇ ਅਕੋਰਡਿੰਗ, ਰੂਸੋ ਦੇ ਅਕੋਰਡਿੰਗਲੀ ਜਿਹੜਾ ਹੈ ਸਮਾਜਿਕ ਸਮਝੌਤਾ ਕਿਹੋ ਜਿਹਾ ਸੀ, ਜਾਂ ਰੂਸੋ ਦੇ ਅਕੋਰਡਿੰਗਲੀ ਪ੍ਰਕਿਰਤਿਕ ਅਵਸਥਾ ਕਿਹੋ ਜਿਹੀ ਸੀ। ਹੁਣ ਕੁਆਇਟ ਓਬਵੀਅਸ ਬੇਟਾ, ਜਿੱਥੇ ਆਦਮੀ ਅੱਛਾ ਹੈ ਉਹ ਵਿਵਸਥਾ ਵੀ ਅੱਛੀ ਹੋਏਗੀ, ਉਹ ਪ੍ਰਕਿਰਤਿਕ ਅਵਸਥਾ ਵੀ ਅੱਛੀ ਹੋਏਗੀ, ਠੀਕ ਹੈ। ਸੋ ਰੂਸੋ ਇਹ ਕਹਿੰਦਾ ਹੈ ਕਿ ਪ੍ਰਕਿਰਤਿਕ ਅਵਸਥਾ ਜਿਹੜੀ ਹੈਗੀ ਆ ਉਹਦੇ ਵਿੱਚ ਤੇਰੇ ਮੇਰੇ ਦੀ ਕੋਈ ਭਾਵਨਾ ਨਹੀਂ ਸੀ, ਠੀਕ ਹੈ। ਮੋਰਲ ਵੈਲਿਊਜ਼ ਹਰ ਕਿਸੇ ਕੋਲ ਸੀਗੀਆਂ, ਪਾਪ ਪੁੰਨ ਭਲੇ ਬੁਰੇ ਦੀਆਂ ਭਾਵਨਾ ਕਿਸੇ 'ਚ ਵੀ ਨਹੀਂ ਪਾਈਆਂ ਜਾਂਦੀਆਂ ਸੀਗੀਆਂ, ਠੀਕ ਹੈ। ਔਰ ਵਿਵੇਕ ਦੀ ਅਣਹੋਂਦ ਕਾਰਨ ਉਹ ਕਿਸੇ ਨਾਲ ਵੀ ਧੋਖਾ ਕਰਨ ਬਾਰੇ ਨਹੀਂ ਸੋਚਦਾ ਸੀ। ਸੋ ਇਸ ਕਰਕੇ ਉਸ ਤਰ੍ਹਾਂ ਦੀ ਪ੍ਰਕਿਰਤਿਕ ਅਵਸਥਾ ਨੂੰ ਗੋਲਡਨ ਪੀਰੀਅਡ ਦਾ ਨਾਮ ਕਹਿੰਦਾ ਹੈ, ਸੁਨਹਿਰੀ ਯੁੱਗ। ਯਾਨੀ ਕਿ ਰੂਸੋ ਇਹ ਕਹਿੰਦਾ ਹੈ ਕਿ ਜਿਸ ਟਾਈਮ 'ਤੇ ਵਿਅਕਤੀ ਆਪਣਾ ਉਹ ਜੀਵਨ ਬਤੀਤ ਕਰ ਰਿਹਾ ਸੀ, ਗੋਲਡਨ ਏਜ ਮੰਨਿਆ ਜਾਂਦਾ ਸੀ। ਹੁਣ ਕੁਸ਼ਚਨ ਇਹ ਆਉਂਦਾ ਹੈ ਕਿ ਅਗਰ ਗੋਲਡਨ ਏਜ ਸੀ ਤਾਂ ਸਟੇਟ ਦੀ ਲੋੜ ਕਿਉਂ ਪਈ, ਹੈ ਨਾ। ਅਤੇ ਉਹਦੇ ਵਿੱਚ ਤੁਸੀਂ ਲਿਖੋਗੇ ਕਿ ਉਸਦੇ ਅਕੋਰਡਿੰਗਲੀ ਸਮਾਜਿਕ ਸਮਝੌਤਾ ਕਿਉਂ ਹੋਇਆ, ਠੀਕ ਹੈ। ਰੂਸੋ ਦੇ ਅਨੁਸਾਰ ਪ੍ਰਕਿਰਤਿਕ ਅਵਸਥਾ ਦੇ ਵਿੱਚ ਮਨੁੱਖ ਇੱਕ ਤਰਕ ਅਤੇ ਬੁੱਧੀ ਦੇ ਵਿਕਾਸ ਕਰਨ ਵਾਲਾ ਜੀਵ ਸੀ, ਵਧੀਆ ਇਨਸਾਨ ਸੀ, ਨੋਬਲ ਨੇਚਰ ਸੀ, ਮਾਈਟ ਐਂਡ ਰਾਈਟ ਵਾਲੀ ਜਿਹੜੀ ਸਥਿਤੀ ਹੈ ਉਹ ਪਹਿਲਾਂ ਨਹੀਂ ਸੀ, ਬਟ ਜਿਵੇਂ ਹੀ ਰਾਈਟ ਆਫ ਪ੍ਰੋਪਰਟੀ ਆਇਆ, ਰਾਈਟ ਟੂ ਪ੍ਰੋਪਰਟੀ, ਹੈ ਨਾ, ਰਾਈਟ ਟੂ ਪ੍ਰੋਪਰਟੀ ਦੀ ਗੱਲ ਸਭ ਤੋਂ ਪਹਿਲਾਂ ਰੂਸੋ ਕਰਦਾ ਹੈ, ਠੀਕ ਹੈ। ਲੋਕ ਇਹਨਾਂ ਦੀ ਗੱਲ ਕਰਦਾ, ਰਾਈਟ ਟੂ ਲਾਈਫ, ਲਿਬਰਟੀ ਅਤੇ ਪ੍ਰੋਪਰਟੀ, ਰਾਈਟ ਟੂ ਲਾਈਫ, ਲਿਬਰਟੀ ਅਤੇ ਪ੍ਰੋਪਰਟੀ, ਬਟ ਉਹ ਇਹ ਕਹਿੰਦਾ ਹੈ ਕਿ ਜਦੋਂ ਹੀ ਪ੍ਰੋਪਰਟੀ ਦਾ ਰਾਈਟ ਆਇਆ, ਦੈਨ ਵਿਅਕਤੀ ਦੇ ਵਿੱਚ ਮਾਈਟ ਇਜ਼ ਰਾਈਟ ਵਾਲੀ ਸਥਿਤੀ ਪੈਦਾ ਹੋ ਗਈ, ਵਿਅਕਤੀ ਦੇ ਵਿੱਚ ਤੇਰੇ ਮੇਰੇ ਦੀ ਭਾਵਨਾ ਪੈਦਾ ਹੋ ਗਈ। ਸੋ ਇਸ ਚੀਜ਼ਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕਾਂ ਨੇ ਕੀ ਕੀਤਾ ਕਿ ਆਪਣੇ ਇੱਕ ਸਮਝੌਤਾ ਕੀਤਾ, ਜਿਸ ਦੇ ਦੁਆਰਾ ਆਪਣੇ ਸਾਰੇ ਅਧਿਕਾਰ ਇੱਕ ਸਮੂਹਿਕ ਇੱਛਾ ਨੂੰ ਦੇ ਦਿੱਤੇ, ਯਾਨੀ ਕਿ ਆਮ ਇੱਛਾ, ਜਨਰਲ ਵਿਲ ਨੂੰ ਦੇ ਦਿੱਤੇ। ਜਨਰਲ ਵਿਲ ਉਹ ਜਿਹਦੇ ਵਿੱਚ ਸਭ ਦਾ ਭਲਾ ਹੋਵੇ। ਸਪੋਜ਼ ਦੈਟ ਕਲਾਸ ਦੇ ਵਿੱਚ 40 ਸਟੂਡੈਂਟਸ ਨੇ, 40 ਸਟੂਡੈਂਟਸ ਦੇ ਵਿੱਚ ਅਗਰ ਕੋਈ ਜਿਹੜੇ ਹੈਗੇ ਨੇ 10 ਬੱਚੇ ਇਹ ਕਹਿੰਦੇ ਨੇ ਕਿ ਅਸੀਂ ਪੜ੍ਹਨਾ ਹੈ ਜਾਂ ਕਲਾਸ ਲਗਾਉਣੀ, ਔਰ 40 ਬੱਚੇ ਕਹਿੰਦੇ ਨੇ ਕਿ ਅਸੀਂ ਗਰਾਊਂਡ 'ਚ ਜਾ ਕੇ ਖੇਡਣਾ ਹੈ, ਤਾਂ ਇਟ ਮੀਨਸ ਜਿਹੜੇ ਉਹ 10 ਬੱਚੇ ਨੇ, ਠੀਕ ਹੈ, ਜਿਹੜੇ ਉਹ ਜਨਰਲ ਡਿਮਾਂਡ ਕਰ ਰਹੇ ਨੇ ਉਹਨਾਂ ਦੀ ਗੱਲ ਸੁਣੀ ਜਾਏਗੀ, ਮਤਲਬ ਸਾਰੇ ਵੋਟਸ ਉਹਦੇ ਵੱਲ ਹੋਣਗੇ, ਦੈਟ ਇਜ਼ ਕਾਲਡ ਅ ਜਨਰਲ ਵੈਲਿਊ। ਉਸ ਤੋਂ ਬਾਅਦ ਹੈ ਕਰੈਕਟਰ ਸਕੈਚਿਸ ਆਫ ਦ ਰੂਸੋ ਕੰਟਰੈਕਟ ਥਿਊਰੀ, ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਸੀਗੀਆਂ। ਨੰਬਰ 1, ਪ੍ਰਕਿਰਤਿਕ ਅਵਸਥਾ ਸੁਨਹਿਰੀ ਯੁੱਗ ਸੀ, ਸਟੇਟ ਆਫ ਨੇਚਰ ਵਾਜ਼ ਦ ਗੋਲਡਨ ਏਜ, ਗੋਲਡਨ ਏਜ ਸੀ, ਗੋਲਡਨ ਪੀਰੀਅਡ ਸੀ, ਆਦਮੀ ਆਪਣਾ ਜੀਵਨ ਬਹੁਤ ਚੰਗਾ ਬਤੀਤ ਕਰ ਰਿਹਾ ਸੀ, ਹੈ ਨਾ। ਦੈਨ ਉਸ ਤੋਂ ਬਾਅਦ ਹਰ ਵਿਅਕਤੀ ਸਮਝੌਤੇ ਵਿੱਚ ਹਿੱਸੇਦਾਰ ਸੀ, ਈਚ ਐਂਡ ਐਵਰੀ ਪੀਪਲ ਜਿਹੜਾ ਹੈਗਾ ਵਾਜ਼ ਦ ਪਾਰਟ ਆਫ ਕੰਟਰੈਕਟ, ਕਿ ਜੋ ਵੀ ਕੰਟਰੈਕਟ ਹੋਇਆ। ਹੁਣ ਹੋਬਸ ਕਹਿੰਦਾ ਹੈ ਕੰਟਰੈਕਟ ਜਿਹੜਾ ਸੀਗਾ ਉਹ ਲੋਕਾਂ ਨੇ ਕੀਤਾ, ਠੀਕ ਹੈ। ਕੰਟਰੈਕਟ ਦਾ ਜਿਹੜਾ ਸੋਵਰਨ ਸੀਗਾ, ਜਿਹੜਾ ਸ਼ਾਸਕ ਸੀਗਾ ਜਾਂ ਜਿਹੜਾ ਰਾਜਾ ਸੀ, ਉਸ ਕੰਟਰੈਕਟ ਦਾ ਹਿੱਸੇਦਾਰ ਨਹੀਂ ਸੀ। ਲੋਕ ਇਹ ਕਹਿੰਦਾ ਹੈ ਕਿ ਕੰਟਰੈਕਟ ਹੋਇਆ, ਦੋ ਤਰ੍ਹਾਂ ਦੇ ਕੰਟਰੈਕਟ ਹੋਏ, ਪਹਿਲਾ ਕੰਟਰੈਕਟ ਲੋਕਾਂ ਦੇ ਵਿੱਚ ਹੋਇਆ ਅਤੇ ਦੂਜਾ ਕੰਟਰੈਕਟ ਲੋਕਾਂ ਨੇ ਰਾਜੇ ਦੇ ਨਾਲ ਕੀਤਾ। ਦੈਨ ਹੁਣ ਇਹ ਕਹਿ ਰਿਹਾ ਹੈ ਜਿਹੜਾ ਕੰਟਰੈਕਟ ਹੈ ਉਹਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਇਨਵੋਲਵ ਸੀ। ਦੈਨ ਜਨਰਲ ਵਿਲ ਵਾਜ਼ ਦ ਸਮ ਆਫ ਟੋਟਲ ਐਂਡ ਰੀਅਲ ਵਿਲਸ ਆਫ ਦ ਪੀਪਲ, ਆਮ ਇੱਛਾ ਵਿਅਕਤੀਆਂ ਦੀ ਆਦਰਸ਼ ਇੱਛਾ, ਮੀਨਸ ਜੋ ਉਸ ਟਾਈਮ 'ਤੇ ਕਰੈਕਟ ਹੁੰਦੀ ਸੀ ਉਹਦੇ ਨਾਲ ਜਿਹੜੇ ਹੈਗੇ ਲੋਕਾਂ ਨੇ ਆਪਣੇ ਜਿਹੜੇ ਵੋਟ ਨੇ ਉਹ ਦਿੱਤੇ। ਉਸ ਤੋਂ ਬਾਅਦ ਰੂਰਲ ਵਾਜ਼ ਦ ਰਿਸਪੋਂਸੀਬਲ ਫੋਰ ਜਨਰਲ ਵਿਲ, ਜਿਹੜੀ ਲੋਕਾਂ ਦੀ ਆਮ ਇੱਛਾ, ਸਹੀ ਇੱਛਾ ਹੁੰਦੀ ਸੀ, ਸ਼ਾਸਕ ਜਿਹੜਾ ਸੀਗਾ ਉਹਦੇ ਲਈ ਜ਼ਿੰਮੇਦਾਰ ਹੁੰਦਾ ਸੀਗਾ। ਉਸ ਤੋਂ ਬਾਅਦ ਆਮ ਇੱਛਾ ਹਰਮਨ ਪਿਆਰੀ ਪ੍ਰਭੂ ਸੱਤਾ ਦਾ ਪ੍ਰਤੀਕ ਸੀ। ਆਮ ਇੱਛਾ ਮੀਨਸ ਜੋ ਸਾਰੇ ਲੋਕ ਕਹਿੰਦੇ ਨੇ, ਇਟ ਇਜ਼ ਦ ਕਾਇੰਡ ਆਫ ਡੈਮੋਕ੍ਰੇਸੀ, ਕਿ ਮੀਨਸ ਜੋ ਲੋਕ ਕਹਿੰਦੇ ਨੇ ਰਾਜਾ ਉਹ ਕਰੇ, ਦੈਟ ਇਜ਼ ਕਾਇੰਡ ਆਫ ਦੀ ਡੈਮੋਕ੍ਰੇਟਿਕ ਸਟੇਟ। ਉਸ ਤੋਂ ਬਾਅਦ ਹੈਗਾ ਜੀ ਰੂਸੋ ਦੇ ਅਨੁਸਾਰ ਸ਼ਾਸਕ ਅਤੇ ਪ੍ਰਜਾ ਦੇ ਵਿਚਕਾਰ ਕਿਹੜੇ ਕਿਹੜੇ ਸੰਬੰਧ ਸੀਗੇ, ਠੀਕ ਹੈ, ਰਿਲੇਸ਼ਨਸ਼ਿਪ ਬਿਟਵੀਨ ਰੂਲਰ ਐਂਡ ਰੂਲ ਅਕੋਰਡਿੰਗ ਟੂ ਦ ਰੂਸੋ। ਨੰਬਰ 1, ਆਮ ਇੱਛਾ ਸਰਵੋੱਚ ਇੱਛਾ ਸੰਪੂਰਨ ਨਿਰੰਕੁਸ਼ ਸ਼ਕਤੀਆਂ ਦੀ ਮਾਲਿਕ ਹੈ, ਇਸ ਦਾ ਪ੍ਰਯੋਗ ਲੋਕਾਂ ਦੇ ਕਲਿਆਣ ਦੇ ਲਈ ਕੀਤਾ ਜਾਏਗਾ। ਦੂਸਰਾ, ਹਰ ਇੱਕ ਵਿਅਕਤੀ ਆਮ ਇੱਛਾ ਨੂੰ ਮੰਨਣ ਲਈ ਪਾਬੰਦ ਹੋਏਗਾ, ਠੀਕ ਹੈ।
दूसरा शासक आम इच्छा के सामने जिम्मेदार होएगा, यानी कि जो आम इच्छा ने कहता, जो लोगों की एक वधिया इच्छा ने कहता, जो लोगों की एक सही इच्छा ने कहता, वह सारे ही व्यक्तियों को मनना पड़ेगा। नाउ वट इज़ द क्रिटिसिजम ऑफ रूसो सोशल कॉन्ट्रैक्ट थ्योरी, वट इज़ द कॉन्ट्रैक्ट थ्योरी? नंबर वन, हाइपोथेटिकल थ्योरी। हाइपोथेटिकल थ्योरी मीन्स इट इज़ जस्ट इमेजिनरी थ्योरी, मीन्स इसका कोई हिस्टोरिकल प्रूफ नहीं है, ठीक है। कॉन्सेप्ट ऑफ जनरल विल इज़ अवर्ड्स, मीन्स अस्पष्ट है, यदि भाषा आम लोगों की जड़ी हैगी है वो समझने के लायक नहीं है। ये जरूरी नहीं है कि व्यक्ति जड़ी भी डिमांड करे, जड़ी भी इच्छा करे, वो हमेशा सही होवे। उस तो बाद असीमितवाद नू उत्साह, इनकरेजमेंट ऑफ एब्सोल्यूटिज्म, मीनस असीमितवाद नू लोगों की आम इच्छा नू सब तो ज़्यादा पावर्स दिंदा है। लिमिटेड पावर्स टू द गवर्नमेंट, इसने गवर्नमेंट नू लिमिटेड पावर्स दित्तियां ने, सरकार नू सीमित इच्छा दित्तियां ने। और अमूर्त अते अस्पष्ट अबस्ट्रैक्ट एंड मतलब इनकरैक्ट थ्योरी है, लोगों की समझ तो बाहर है, लोगों नू समझना, इहदी भाषा इन्नी मुश्किल है कि जिहड़े आम पीपल्स ने उसनू अंडरस्टैंड नहीं कर सकते। दैन उस तो बाद है वट इज़ द इंपॉर्टेंस ऑफ रूसो सोशल कॉन्ट्रैक्ट थ्योरी, स्टिल इट इज़ इंपॉर्टेंट। वाई द इट इज़ इंपॉर्टेंट? बिकॉज इट इज़ सपोर्ट टू द पॉपूलर सॉवरैनिटी, यह लोगों को इच्छा दिंदी है, लोगों को राइट्स दिंदी है, लोगों की इच्छा जानने की कोशिश करती है। दूसरा, निरंकुशवाद का खंडन दिंदी है, सरकार को अपनी नीतियाँ जी गलत नीतियाँ अपनाने तो रोकती है। दूसरा, हेल्पफुल फॉर द प्रैक्टिकल पॉलिटिक्स, प्रैक्टिकल पॉलिटिक्स मीनस जिस दे विच लोगों की इच्छा इनवॉल्व किया जाता है, लोगों की राय पूछी जाती है। कानून लोगों की सांझी इच्छा के प्रतीक बनते हैं, यानी कि लॉ रिप्रजेंट द विल ऑफ पीपल, यानी कि कानून जोड़े है वो जनता की इच्छा के उत्ते बनेंगे, ठीक है जी। सो दिस इज़ द थ्योरी ऑफ हॉब्स, लॉक ते रूसो। हूँ इन दी जॉइंटली जी है वो भी क्रिटिसिजम है। नंबर वन, सम पीपल से दैट इट इज़ द बैड लॉजिक। बैड लॉजिक मीन्स सोशल कॉन्ट्रैक्ट थ्योरी वॉज द बैड हिस्ट्री, बिकॉज इसका कोई हिस्टोरिकल प्रूफ नहीं है, है ना। दैन यह मैन वॉज नॉट द इंडिविजुअलिस्टिक, मैन व्यक्तिवादी नहीं सी, इस सिद्धांत इतिहास की धारा के विरुद्ध है। बिकॉज अज तक असं हिस्ट्री च पढ़िया आदमी अच्छा सी, आदमी ने यह किया, आदमी ने वो किया, आदमी इंटैलीजेंट सी, बट दिस थ्योरी इज़ टोटली ओपोजिट विद द हिस्ट्री। उस तो बाद, यूनिट ऑफ सोसाइटी इज़ नॉट इंडिविजुअल बट फैमिली, समाज व्यक्ति तो नहीं बल्कि फैमिली तो बनया है, ठीक है। सोसाइटी जी है एक आदमी ने नहीं बनाई बल्कि उसकी जनरेशन ने बनाई है। उस तो बाद, इट इज़ द बैड लीगल ग्राउंड, मतलब कानूनी अधिकार दे। नंबर वन, समझौता केवल समझौता करने वाले ते ही लागू होंदा, यानी कि उस टाइम ते जिहड़ा कॉन्ट्रैक्ट होया इट मीनस वो हो गया, हुण आने वाली जनरेशन दे उत्ते यह लागू नहीं होएगा। बिकॉज कॉन्ट्रैक्ट जिहड़ा हैगा वो कॉन्ट्रैक्ट करने वाले ते डिपेंड लागू होंदा है, ना कि किसी दूसरा ते। अराजकता की स्थिति दे विच कोई समझौता संभव नहीं, नो कॉन्ट्रैक्ट पॉसीबल इन द अनार्की, मीनस जो यहोजी सिचुएशन है जिद की माइट एंड राइट वाली स्थिति है, लोग लड़ाई झगड़े हो रहे हैं, तो इस तरह की सिचुएशन दे विच किसी भी तरह का कोई भी समझौता जोड़ा है वो पॉसीबल नहीं है। कानून और अधिकार केवल राज्य विच ही संभव हो सकते हैं। हुण लॉक ते रूसो दोनों ही राइट्स की गल करते हैं, बट राइट्स इट इज़ ओनली पॉसीबल इन द स्टेट, जंगल वाले राज्य दे विच कदे कोई राइट्स जोड़े है वो पॉसीबल नहीं हो सकते, राज तो बिना कोई भी समझौता नहीं हो सकता। ये लोगों ने आपस दे विच मिल के समझौता करना ना, बट इट इज़ नॉट पॉसीबल विदाउट द स्टेट। समझौते लिए दो तरह का होना लाजमी है, टू पार्टीज आर असेंशियल फॉर द कॉन्ट्रैक्ट, कॉन्ट्रैक्ट दे विच दो पार्टीज होनी चाहिए, लेकिन इतने की है एक तरफ एक कला राजा है तो बाकी तरफ सारे लोग ने। क्रिटिसिजम ऑन द फिलोसॉफिकल ग्राउंड्स, मीन दार्शनिक आधार के उत्ते। नंबर एक, राज्य एक बनावटी संस्था नहीं है, ये कहते हैं स्टेट इज़ द मैन मेड इंस्टीट्यूशन बट इट इज़ नॉट। राज्य कोई खिडौना नहीं है, स्टेट इज़ नॉट अ टॉय कि जिन्होंने जदों मर्जी बना लिया तो जदों मर्जी तोड़ लिया। राज्य हर व्यक्ति लिए जरूरी है, इट इज़ असेंशियल फॉर ईच एंड एवरी पीपल। और समझौते के पिछे हर गल कानूनी किवें बन गई, कि पहला सिचुएशन ये कि लोग माइट एंड राइट वाली स्थिति सी, बट जिवें ही लॉ एंड ऑर्डर बने, जिवें ही कानून बने, उस तो बाद सारी सिचुएशन जी है लीगल किवें हो सकती है। उस तो बाद, फिलोसॉफिकल ग्राउंड के जड़ा ग्राउंड है, ये जी थ्योरी है, इट इज़ डेंजरस ऑलसो। क्रिटिसिजम ऑन द लॉजिक ऑफ तर्क के आधार पर, ठीक है, लॉजिकल ग्राउंड। व्यक्ति के सुभा के अचानक परिवर्तन नहीं हो सकता, रातों रात व्यक्ति सियाणा नहीं बन सकता, रातों रात व्यक्ति झगड़ालू नहीं बन सकता, ठीक है। हॉब्स कहता जी नलैक सी, ठीक है, कॉन्ट्रैक्ट होने तो बाद सियाणा हो गया। लॉक रूसो कहते हैं पहला सियाणा सी जी, फिर लड़ाई झगड़े होने लग गए, दैन फिर कॉन्ट्रैक्ट होया, सो इट इज़ नॉट पॉसीबल, ठीक है। स्वतंत्रता के अधिकार प्रकृतिक अवस्था के संभव नहीं हो सकते, जो भी राइट्स है, लिबर्टी है, जीवन की स्वतंत्रता है,
ਉਹ ਜਿਹੜੀਆਂ ਹੈਗੀਆਂ ਉਹ ਬਿਨਾਂ ਰਾਈਟ ਦੇ ਉੱਤੇ ਬਿਨਾਂ ਸਟੇਟ ਦੇ ਪੋਸੀਬਲ ਨਹੀਂ ਹੈ। ਰਾਜ ਦੇ ਉਦੇਸ਼ ਸੀਮਿਤ ਨਹੀਂ ਹਨ, ਰਾਜ ਕਦੇ ਵੀ ਇਸਦੇ ਏਮਸ ਜਿਹੜੇ ਹੈਗੇ ਨੇ ਇਟ ਇਜ਼ ਨੋਟ ਬੀ ਲਿਮਿਟਡ, ਠੀਕ ਹੈ। ਸਟੇਟ ਜਿਹੜੇ ਹੈਗੇ ਅਨਲਿਮਿਟਡ ਕੰਮ ਕਰਦਾ ਹੈ। ਕੰਟਰੈਕਟ ਡਜ਼ ਨੋਟ ਮੇਕ ਐਵਰੀਥਿੰਗ ਅਨਨੈਚੁਰਲ, ਸਮਝੌਤੇ ਦੁਆਰਾ ਕੁਝ ਵੀ ਗੈਰ ਕੁਦਰਤੀ ਨਹੀਂ ਹੋ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਇਹ ਸਿਧਾਂਤ ਡੇਂਜਰਸ ਵੀ ਹੈ ਕਿਉਂਕਿ ਇਹ ਵਿਅਕਤੀ ਨੂੰ ਰਾਜ ਨੂੰ ਖਤਮ ਕਰਨ ਦਾ ਅਧਿਕਾਰ ਦੇ ਦਿੰਦਾ ਹੈ, ਕਿਉਂਕਿ ਸਾਰੀਆਂ ਪਾਵਰਸ ਇੱਕ ਇੰਡੀਵਿਜੁਅਲ ਦੇ ਹੱਥ ਦੇ ਵਿੱਚ ਦੇਣਾ, ਇਟ ਮੀਨਸ ਇਟ ਇਜ਼ ਦ ਡੇਂਜਰਸ ਥਿਓਰੀ। ਉਸ ਤੋਂ ਬਾਅਦ ਇਹ ਅਸੀਮਿਤਵਾਦ ਨੂੰ ਉਤਸ਼ਾਹ ਦਿੰਦਾ ਹੈ, ਮੀਨਸ ਇੱਕ ਇੰਡੀਵਿਜੁਅਲ ਨੂੰ ਇੰਨੇ ਕੁ ਰਾਈਟਸ ਦੇ ਦਿੰਦਾ ਹੈ ਕਿ ਜਦੋਂ ਮਰਜ਼ੀ ਉਹ ਸਰਕਾਰ ਦੀ ਅਵਹੇਲਾ ਕਰ ਸਕਦਾ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਬਗਾਵਤ ਨੂੰ ਉਤਸ਼ਾਹਿਤ ਕਰਦਾ ਹੈ, ਮੀਨਸ ਇਟ ਇਜ਼ ਇਨਕਰੇਜਮੈਂਟ ਟੂ ਦ ਰੈਬਿਲੀਅਨ, ਮੀਨਸ ਬਗਾਵਤ ਜੋ ਲੋਕ ਬਗਾਵਤ ਕਰਦੇ ਨੇ ਇਸਦੀ, ਇਹ ਉਹਦੇ ਲਈ ਵੀ ਡੇਂਜਰਸ ਹੈ। ਸੋ ਬੇਟਾ ਇਹ ਜਿਹੜੀ ਥਿਊਰੀ ਹੈ ਅਕੋਰਡਿੰਗ ਟੂ ਹੋਬਸ, ਲੋਕ, ਰੂਸੋ, ਮੈਂ ਤਿੰਨਾਂ ਦਾ ਪਹਿਲਾਂ ਅਲੱਗ ਅਲੱਗ ਤੁਹਾਨੂੰ ਕ੍ਰਿਟੀਸਿਜ਼ਮ ਦੱਸਿਆ ਹੈ, ਫੀਚਰਸ ਦੱਸੇ ਨੇ, ਉਸ ਤੋਂ ਬਾਅਦ ਮੈਂ ਤੁਹਾਨੂੰ ਇਹਨਾਂ ਦਾ ਇੱਕ ਟੋਟਲੀ ਜਿਹੜਾ ਹੈਗਾ ਕਿ ਕਿਉਂ ਇਹ ਬੈਡ ਲੌਜਿਕ ਹੈ, ਕਿਉਂ ਇਹ ਬੈਡ ਹਿਸਟੋਰੀਕਲ ਵਿਊ ਆਫ ਪੁਆਇੰਟ ਲੈਣਾ ਹੈ, ਕਿਉਂ ਇਹ ਬੈਡ ਲੋਅ ਹੈ, ਇਹ ਸਾਰੇ ਅਲੱਗ ਅਲੱਗ ਦੱਸ ਦਿੱਤੇ ਤੁਹਾਨੂੰ। ਮੈਂ ਮੰਡੇ ਤੱਕ ਦਾ ਟਾਈਮ ਦੇ ਰਹੀ ਹਾਂ, ਮੰਡੇ ਈਵਨਿੰਗ ਤੱਕ ਤੁਸੀਂ ਮੈਨੂੰ ਇਹ ਸਾਰੇ ਹੀ ਨੋਟਸ ਜਿਹੜੇ ਹੈਗੇ ਨੇ ਉਹ ਬਣਾ ਕੇ, ਮੰਡੇ ਨਹੀਂ ਸੋਰੀ, ਇਹ ਤੁਹਾਨੂੰ ਮੈਂ ਵੀਰਵਾਰ ਤੱਕ ਦਾ ਟਾਈਮ ਦੇ ਦਿੰਦੀ ਹਾਂ, ਵੀਰਵਾਰ ਤੱਕ ਤੁਸੀਂ ਮੈਨੂੰ ਇਹ ਸਾਰੇ ਹੀ ਨੋਟਸ ਜਿਹੜੇ ਬਣਾ ਕੇ ਸੈਂਡ ਕਰਨੇ ਆ।